सरहद केसरी लाइव देख रहे सारी दर्शकों का हार्दिक स्वागत। मैं अमृत सदेवा ते मेरे साथी संदीप चलाना तुहानू दिखा रहे हैं फाजिलका दे नवे डिप्टी कमिश्नर हिमांशु अग्रवाल वालों शहीदां दी समाध आसमवाला विखे नतमस्तक होण दीआं झलकियां। फाजिलका विच ओहदा संभालण तो बाद देश ते जाना वार देने वाले वीर जवानों नूं श्रद्धांजलि देण पहुंचे डीसी अग्रवाल दा शहीदां दी समाधि कमेटी दे ओहदेदारां वालों स्वागत किया गया। डीसी अग्रवाल ने समाधि ते मत्था टेकन तो बाद समाधि दे इतिहास दी जानकारी हासिल कीती ते समाधि दे वेड़े विच बने वार मेमोरियल अंदर जाके शहीद होए जवानां ते फौज दे अफसरां दीआं फोटो ते मूर्तियां ते श्रद्धा दे फुल अर्पित कीते। नाल ही डीसी अग्रवाल ने समाधि दे वेड़े विच बनाए जा रहे 1971 दी भारत पाकिस्तान जंग विच होई हिंदुस्तान दी लासानी जित दी याद विच बनाए जा रहे विक्टरी टावर बारे भी जानकारी हासिल कीती ते विजिट बुक विच शहीदां प्रति अपने विचार दर्ज कीते। इस मौके ते समाधि कमेटी दे ओहदेदार प्रफुल नागपाल, बीएल सिक्का, एडवोकेट उमेश चंद्र कुकड़, शशिकांत, रवि नागपाल, एडवोकेट बलदेव किशन दूड़िया, मनीष कटारिया, अशोक गुलबद्दर, पवन बठेजा, आशीष पुपुनेजा मौजूद रहे। इस सारे प्रोग्राम के दौरान डीसी श्री अग्रवाल के नाल हलका विधायक नरेंद्र पाल सिंह सवना भी मौजूद रहे। एमएलए सवना भी शहीदी स्मारक ते नतमस्तक होए ते उन्होंने कहा कि उन्हें अपने चोन अभियान की शुरुआत भी शहीदां नूं मत्था टेक के ही की सी ते पहला भी समय समय ते शहीदां दा आशीर्वाद लैण लई आंदे रहंदे ने। इस मौके एमएलए सवना दे नाल आम आदमी पार्टी दे जिला प्रधान अरुण वधवा, ट्रक यूनियन प्रधान मनजोत खेड़ा, सरपंच हरनेक सिंह ते होर भी वर्कर ते ओहदेदार मौजूद रहे। इस मौके डीसी अग्रवाल ते एमएलए सवना ने शहीदां बारे अपने विचार प्रकट कीते। आओ तुहानू सुनाने हां कि उन्होंने शहीदां बारे की कुछ कहा।
ਆਈਡੀਆ ਸੀ ਕਿ ਮੈਂ ਡੀਸੀ ਬਣਨਾ ਹੈ। ਅੱਜ ਡੀਸੀ ਬਣ ਕੇ ਆਏ ਨੇ, ਇਹਨਾਂ ਨੂੰ ਵਧਾਈ ਦਿੰਦੇ ਆ ਤੇ ਮੁਬਾਰਕਬਾਦ ਦਿੰਦੇ ਆ। ਇੱਕ ਲਾਫਟੀ ਆਈਡੀਆ ਹੋਣਾ ਚਾਹੀਦਾ ਨੇ। ਇਹ ਤੁਹਾਡਾ ਜੇ ਖੇਰ ਹੈ ਕਿ ਮੰਦਰ ਹੈ, ਇੱਕ ਤੁਸੀਂ ਸੁਣਾਇਆ ਸੀ ਨਾ, ਮੰਦਰ ਹੈ ਚੜ ਕੇ ਨਹੀਂ ਆਤੀ, ਸੰਘਰਸ਼ ਕਰਨਾ ਪੜਤਾ ਹੈ। ਇਹਨਾਂ ਨੇ ਸੰਘਰਸ਼ ਕਰਕੇ ਯੇ ਵੈਰੀ ਇੰਟਲੈਕਚੁਅਲ ਇੰਟੈਲੀਜੈਂਟ, ਔਰ ਸਾਡੇ ਫਾਲਕਾ ਨਿਵਾਸੀ ਇਹਨਾਂ ਦਾ ਪੂਰਾ ਸਵਾਗਤ ਕਰਦੇ ਨੇ ਤੇ ਪਰਮਾਤਮਾ ਇਹਨਾਂ ਨੂੰ ਹਿੰਮਤ ਦੇਵੇ ਕਿ ਸਾਡੀ ਡਿਵੈਲਪਮੈਂਟ ਹੋਵੇ ਔਰ ਇਹਨਾਂ ਦੀ ਪੂਰੀ ਪੂਰੀ ਜਿਹੜੀ ਹੈ ਇਮਾਨਦਾਰੀ ਨਾਲ ਤੇ ਇਹ ਅੱਗੇ ਦੁੱਗਣੀ ਰਾਤ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਤੇ ਉੱਚੀਆਂ ਉਡਾਨਾਂ ਦੇ ਵਿਚ ਉੜਨ। ਇਹ ਕਰਨ ਨਾਲ ਕਿ ਜਿਹੜੀ ਹੈ ਆਪਣੀ ਪਹਿਲਾਂ ਛੋਟੀ ਸੀ, ਫਿਰ ਐਸਾ ਚਲੀ ਗਈ। ਸਾਰੇ ਇਹਨਾਂ ਦੇ ਸੰਦੀਪ ਗਰੋਤਰਾ ਇਹ ਸਾਰੇ ਬੈਠੇ ਲਾਖਪਾਲ ਸਾਹਿਬ ਚਲਾਉਣ ਵਾਲੇ, ਉਹ ਕਹਿੰਦੇ ਨੇ ਘਰ ਤੇ ਚਲੇ ਥੇ ਜਾਣਦੇ ਮੰਜ਼ਲ, ਮਗਰ ਐਸਾ ਐਸਾ ਰੋਗ ਆਤੇ ਕਾਲਵਾ ਮੰਤਾ ਗਿਆ। ਔਰ ਇਸ ਪਾਸੇ ਜਿਹੜੀ ਹੈ ਇੱਕ ਜ਼ਰੂਰ ਕਹਾਂਗਾ ਕਿ ਸਾਰੇ ਇੰਡੀਆ ਚ ਇਹ ਪਹਿਲੀ ਤਬਾਰਕ ਹੈ ਜਿਹੜਾ ਸਿਵਰੀਆਂ ਨਾਲ ਮਿੱਟੀ ਦੋਨੋਂ ਫੀਡ ਕਰਦੇ ਨੇ। ਉਹ ਕਹਿੰਦੇ ਨੇ ਸੰਘੇ ਬੁੱਤ ਰਾਸ਼ ਨੇ ਸੰਕੋ ਤੋਂ ਬਤੋ ਬੁੱਤ ਕੀ ਸ਼ਕਲ ਦੀ, ਮਗਰ ਮੈਨੇ ਸੰਘੇ ਬੁੱਤ ਰਾਸ਼ ਕਿਉਂ ਖੁਦਾ ਬਣਾ ਲਈ। ਇਹ ਅੱਜ ਜ਼ਿਆਰਤ ਕਰ ਆਸਫ ਵਾਲਾ ਸ਼ਹੀਦੀ ਸਮਾਗ ਜੋ 1971 ਦੀ ਜੰਗ ਵਿੱਚ ਸਾਡੇ ਫੌਜ ਦੇ ਜਵਾਨ ਸਾਡੇ ਫਾਜ਼ਿਲਕਾ ਨੂੰ ਸਾਡੇ ਦੇਸ਼ ਦੀ ਰਾਖੀ ਕਰਦੇ ਹੋਏ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਅੱਜ ਉਹਨਾਂ ਸ਼ਹੀਦਾਂ ਦੀ ਸਮਾਧ 'ਤੇ ਨਤਮਸਤਕ ਹੋਣ ਲਈ ਡੀ ਸੀ ਸਾਹਿਬ, ਮੈਂ ਔਰ ਸਾਰੀ ਟੀਮ ਆਸਫ ਵਾਲਾ ਮੈਮੋਰੀਅਲ ਦੀ ਜਿਹੜੀ ਇੱਥੇ ਸੇਵਾ ਕਰਦੇ ਨੇ ਸਾਰੀ ਟੀਮ ਇੱਥੇ ਪਹੁੰਚੇ ਸੀ। ਔਰ ਜਦੋਂ ਵੀ ਇੱਥੇ ਆਉਂਦੇ ਹਾਂ ਔਰ ਮਨ ਵਿੱਚ ਕੁਝ ਹੋਰ ਦੇਸ਼ ਦੀ ਲੋਕਾਂ ਦੀ ਸੇਵਾ ਕਰਨ ਦੀ ਅੰਦਰੋਂ ਹੋਰ ਜਿਹੜੀ ਹੈ ਸਾਡਾ ਇਰਾਦਾ ਪੱਕਾ ਹੁੰਦਾ ਹੈ। ਇਸੇ ਤਰ੍ਹਾਂ ਮੈਂ ਵੀ ਪਹਿਲਾਂ ਆਉਂਦਾ ਹੀ ਰਹਿੰਦਾ ਸੀਗਾ ਮੱਥਾ ਟੇਕ ਕੇ, ਜਦੋਂ ਮੇਰਾ ਤਾਂ ਇਲੈਕਸ਼ਨ ਸੀਗਾ ਉਦੋਂ ਵੀ ਇੱਥੇ ਮੱਥਾ ਟੇਕ ਕੇ ਮੈਂ ਆਸ਼ੀਰਵਾਦ ਲੈ ਕੇ ਗਿਆ। ਔਰ ਅੱਜ ਵੀ ਆਏ ਹਾਂ ਡੀ ਸਾਹਿਬ ਨਾਲ ਔਰ ਸਾਰੀ ਟੀਮ ਨਾਲ, ਬਹੁਤ ਅੰਦਰੋਂ ਮਨ ਨੂੰ ਇੱਕ ਜਜ਼ਬਾ ਹੁੰਦਾ ਕਿ ਦੇਸ਼ ਦੇ ਜਿਵੇਂ ਇਹਨਾਂ ਨੇ ਆਪਣੀ ਜਾਨ ਕੁਰਬਾਨ ਕਰਤੀ ਉਵੇਂ ਅਸੀਂ ਵੀ ਲੋਕਾਂ ਦੀ ਸੇਵਾ ਲਈ 24 ਘੰਟੇ ਅਸੀਂ ਵੀ ਤਿਆਰ ਹਾਂ। ਸਰ, ਇਸ ਰਾਸ਼ਟਰੀ ਸਤਰ ਦੇ ਸ਼ਹੀਦੀ ਸਮਾਰਕ ਤੇ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ? ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਅੱਜ ਆਸਫ ਵਾਲਾ ਵਾਰ ਮੈਮੋਰੀਅਲ ਤੇ ਮੈਨੂੰ ਬੁਲਾਇਆ ਗਿਆ। ਮੇਰੇ ਲਈ ਬੜੇ ਗੌਰਵ ਦੀ ਗੱਲ ਹੈ ਕਿ ਜਿਹੜੇ ਜ਼ਿਲ੍ਹੇ ਦੇ ਵਿੱਚ ਮੈਨੂੰ ਆਪਣੀ ਬਤੌਰ ਡਿਪਟੀ ਕਮਿਸ਼ਨਰ ਸਰਵਿਸਿਜ਼ ਦੇਣ ਦਾ ਮੌਕਾ ਦਿੱਤਾ ਪੰਜਾਬ ਸਰਕਾਰ ਨੇ, ਉਹ ਸ਼ਹੀਦਾਂ ਦੀ ਧਰਤੀ ਹੈ। ਅੱਜ ਮੈਂ ਇੱਥੇ ਆ ਕੇ ਮੱਥਾ ਟੇਕਿਆ, ਮੈਨੂੰ ਦੱਸਿਆ ਗਿਆ ਕਿ ਬਹੁਤ ਜ਼ਿਆਦਾ ਇਸ ਦੀ ਮਾਨਤਾ ਹੈ। ਮੈਨੂੰ ਹਿਸਟਰੀ ਦੱਸੀ ਗਈ ਕਿ ਕਿੰਨੇ ਸ਼ਹੀਦਾਂ ਨੇ ਆਪਣੇ ਦੇਸ਼ ਦੀ ਸੇਵਾ ਲਈ, ਦੇਸ਼ ਨੂੰ ਬਚਾਉਣ ਲਈ ਆਪਣੀ ਇੱਥੇ ਜਾਨ ਨਿਛਾਵਰ ਕੀਤੀ ਸੀ। ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ। ਅਸੀਂ ਆਸ ਕਰਦੇ ਹਾਂ ਕਿ ਜਿਹੜੇ ਸ਼ਹੀਦਾਂ ਨੇ ਆਪਣੀ ਦੇਸ਼ ਦੀ ਧਰਤੀ ਨੂੰ ਬਚਾਉਣ ਲਈ ਆਪਣੀ ਜਾਨ ਦਿੱਤੀ, ਉਹ ਅੱਗੇ ਵੀ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ, ਜਿਹੜੇ ਨੌਜਵਾਨ ਹੈ, ਜਿਹੜੀ ਯੰਗ ਜਨਰੇਸ਼ਨ ਹੈ, ਉਹਨਾਂ ਨੂੰ ਇੰਸਪਾਇਰ ਕਰਦੇ ਰਹਿਣਗੇ ਆਪਣੇ ਦੇਸ਼ ਦੀ ਸੇਵਾ ਕਰਨ ਲਈ। ਅਤੇ ਮੈਨੂੰ ਕਮੇਟੀ ਦੇ ਜਿਹੜੇ ਸਾਰੇ ਮੈਂਬਰ ਸਾਹਿਬਾਨ ਸੀਗੇ ਇਹਨਾਂ ਨੇ ਸਾਰਾ ਇਸ ਦੇ ਬਾਰੇ ਦੱਸਿਆ ਅੱਗੇ ਕੀ ਡਿਵੈਲਪਮੈਂਟ ਕਰਨ ਲੱਗਿਆ। ਮੈਂ ਇਹਨਾਂ ਨੂੰ ਉਮੀਦ ਦਵਾਉਂਦਾ ਕਿ ਸਿਵਲ ਪ੍ਰਸ਼ਾਸਨ ਜਿਹੜਾ ਹੈਗਾ ਪੂਰਾ ਜ਼ੋਰ ਲਾਊਗਾ ਕਿ ਇੱਥੇ ਹੋਰ ਆਪਾਂ ਡਿਵੈਲਪਮੈਂਟ ਕਰੀਏ, ਹੋਰ ਲੋਕਾਂ ਨੂੰ ਇੱਥੇ ਆਉਣ ਲਈ ਇੰਸਪਾਇਰ ਕਰ ਸਕੀਏ, ਤਾਂ ਕਿ ਉਹ ਦੇਖ ਸਕਣ ਕਿ ਕਿਸ ਤਰ੍ਹਾਂ ਦੇਸ਼ ਦੇ ਸ਼ਹੀਦਾਂ ਨੇ ਆਪਣੀ ਜਾਨ ਦਿੱਤੀ ਹੈ ਦੇਸ਼ ਨੂੰ ਬਚਾਉਣ ਲਈ, ਐਂਡ ਕਿਸ ਤਰ੍ਹਾਂ ਆਪਾਂ ਦੇਸ਼ ਦੀ ਹੋਰ ਸੇਵਾ ਕਰ ਸਕਦੇ ਹਾਂ। ਭਿੰਨ ਭਿੰਨ ਤਰੀਕਿਆਂ ਨਾਲ ਇਹ ਇੰਸਪਾਇਰ ਕਰੂਗੀ ਇਹ ਧਰਤੀ, ਇਹ ਮਾਤਾ। ਥੈਂਕ ਯੂ।